ਥੋੜੇ ਜੇ ਪਿਛੇਰੇ ਅੱਤੇ ਉਹ ਅੱਗੇ ਨੈਣੇ ਹੋਈ ਤੇ ਆਖਣ ਲੱਗੀ ਹਾਈ ਤਾ ਲੱਖ ਤੇ ਕਾਰੀਆਂ ਕੋਲ ਪੁੱਛੋ ਇਹ ਬੜੇ ਮੁਖਤਲਿਫ ਤਰੀਕੇ ਨਾਲ ਪੜਦੇ ਨੇ ਹਾਈ ਤੋਲਕ ਹੀ ਤੋਲਕ ਹੀ ਤੋਲਕ ਮੁਖਤਲਿਫ ਕਿਰਾਤਾਂ ਨਾਲ ਪੜਦੇ ਵਿਚਾਲੇ ਦੇ ਅੰਦਰ ਯਾ ਦੀ ਜਗ੍ਹਾ ਤੇ ਹਮਜ਼ਾ ਵੀ ਲਾ ਲੈਂਦੇ ਹੀ ਤੋਲਕ ਕਿਆ ਮਤਲਬ ਹੈ ਕਿ ਉਹ ਔਰਤ ਹਿਚਕੀਆਂ ਵੀ ਖਲੀ ਭਰਦੀ ਏ ਮੈਨੂੰ ਤਾਂ ਤੇ ਤਰਲੇ ਵੀ ਖਲੀ ਪੈਂਦੀ ਆਏ ਝੇਜੜੀਆਂ ਕਰ ਰਹੀ ਆਖ ਰਹੀ ਏ ਹਈ ਤੋਲਕ ਇਹ ਜਿਹੜੀ ਮੇਰੀ ਜ਼ਾਹਿਰੀ ਹਾਇਤ ਹੈ ਹਾਲਤ ਹੈ ਕਿ ਮੈਂ ਸਿਰਫ ਤੇਰੇ ਵਾਸਤੇ ਬਣ ਬਣ ਸਵਰ ਕੇ ਆਈਆਂ ਲਾਕਾ ਇਹ ਤੇਰੇ ਵਾਸਤੇ ਅੱਲਾਹ ਨੇ ਸੋਹਣੇ ਮੁਹੰਮਦ ਕਰੀਮ ਵਾਸਤੇ ਫਰਮਾਇਆ ਰਫਾਨਾ ਲਾਕਾ ਰਫਾਨਾ ਲਾਕਾ ਕਿਆ ਮਤਲਬ ਅੱਲਾਹ ਫਰਮਾਉਂਦਾ ਇਹ ਸਾਰਾ ਜਹਾਨ ਜਿਹੜੇ ਜ਼ਿਕਰ ਚ ਲੱਗਾ ਪਿਆ ਨਾ ਸਿਰਫ ਤੇਰੇ ਵਾਸਤੇ ਮੈਂ ਅੱਲਾਹ ਲਾ ਛੱਡਦਾ ਇਹ ਲਾਕਾ ਸਾਰੇ ਦਾ ਸਾਰਾ ਤੇਰੇ ਵਾਸਤੇ ਮਤਲਬ ਇਹ ਕਿ ਇੰਜ ਦਾ ਤਾਂ ਮੈਂ ਅੱਜ ਤੋੜੀ ਘਰ ਵਾਲੇ ਦੇ ਸਾਹਮਣੇ ਬਣ ਸਵਰ ਕੇ ਨਹੀਂ ਗਈ ਜਿਵੇਂ ਤੇਰੇ ਸਾਹਮਣੇ ਹਾਈ ਤਾਲਕ ਇਹ ਸਾਰੀ ਪੋਜੀਸ਼ਨ ਜਿਹੜੀ ਮੈਂ ਬਣਾ ਕੇ ਆਈ ਹਾਂ ਇਹ ਸਾਰੇ ਦਾ ਸਾਰਾ ਤੇਰੇ ਵਾਸਤੇ ਹੈ ਅੱਲਾ ਦੀ ਕਸਮ ਅੱਲਾ ਦਾ ਕੁਰਾਨ ਗਵਾਹੀ ਪਿਆ ਦਿੰਦਾ ਹੈ ਅੱਲਾ ਫਰਮਾਉਂਦਾ ਹੈ ਕੜੀਅਲ ਜਵਾਨੀ ਵੀ ਹੋਵੇ ਹੁਸਨੋ ਜਮਾਲ ਵੀ ਹੋਵੇ ਤੇ ਫਿਰ ਖਲਵਤ ਵੀ ਹੋਵੇ ਜਿੱਥੇ ਡਰ ਤੇ ਖੌਫ ਤੇ ਖਤਰਾ ਵੀ ਕੋਈ ਨਾ ਹੋਵੇ ਤੇ ਜਵਾਨੀ ਵੀ ਇੰਜ ਦੀ ਹੈ ਜਿਸ ਦੀ ਜਵਾਨੀ ਦਾ ਨਕਸ਼ਾ ਖੁਦ ਰੱਬ ਦਾ ਕੁਰਾਨ ਪਿਆ ਬਿਆਨ ਕਰੇਂਦਾ ਵਲੰਮਾ ਬਲਗ ਅਸ਼ੁੱਦਹੁ ਅੱਲਾ ਫਰਮਾਂਦਾ ਬਲਗ ਬਾਲੇ ਹੋਇਆ ਜਵਾਨ ਹੋਇਆ ਦੁਨੀਆ ਜਵਾਨ ਤਾਂ ਹੁੰਦੀ ਰਹਿੰਦੀ ਹੈ ਮਗਰ ਮੇਰਾ ਯੂਸਫ ਕਿਵੇਂ ਦਾ ਜਵਾਨ ਹੋਇਆ ਅੱਲਾ ਫਰਮਾਂਦਾ ਅਸ਼ੁੱਦਹੁ ਮੈਨੂੰ ਰੱਬ ਹੋਣ ਦੀ ਕਸਮ ਹੀ ਮੇਰਾ ਮੁਹੰਮਦ ਉਸ ਦੌਰ ਦੇ ਅੰਦਰ ਮੈਨੂੰ ਯੂਸਫ ਵਰਗਾ ਜਵਾਨ ਨਜ਼ਰ ਆਇਆ ਹੀ ਕੋਈ ਨਹੀਂ ਬੜਾ ਕੜੀਅਲ ਜਵਾਨ ਸੋਹਣਾ ਜਵਾਨ ਤਾਂ ਤਾਂ ਅੱਲਾ ਦੇ ਮਹਿਬੂਬ ਨੇ ਫਰਮਾਇਆ ਕਿ ਅੱਲਾ ਕਰੀਮ ਨੇ ਉਸ ਨੂੰ ਜਮਾਲ ਦੀਆਂ ਗੱਡੜੀਆਂ ਬਣਾਈਆਂ ਇੱਕ ਗੱਡੜੀ ਚਾਹ ਕੇ ਉਲਤੀਆ ਸ਼ਤਰੁਮ ਮਿਨਲ ਹੁਸਨੇ ਅੱਲਾਹ ਇੱਕ ਪੂਰੀ ਗੱਡੜੀ ਹੁਸਨ ਦੀ ਚਾਹ ਕੇ ਯੂਸਫ ਦੇ ਵਜੂਦ ਤੇ ਮਲ ਛੋੜੀ ਮਗਰ ਜਦਾਂ ਇਹ ਗੱਲ ਆਈ ਨਾ ਤੇ ਯੂਸਫ ਅਲੈਹਿ ਸਲਾਤੁ ਵਸਲਾਮ ਦਾ ਹੁਸਨ ਜਮਾਲ ਜਦਾਂ ਮਿਸਰ ਦੀਆਂ ਔਰਤਾਂ ਨੇ ਵੇਖਿਆ ਤੋ ਕਤਅਨਾ ਅਈਦੀਆ ਹੁੰਨਾ ਉਹਨਾਂ ਛੁਰੀਆਂ ਫਰੂਟਾਂ ਦੀ ਬਜਾਏ ਆਪਣੇ ਹੱਥ ਦੀਆਂ ਅੰਗਲੀਆਂ ਤੇ ਚਲਾ ਤੇ ਆਖਣ ਲੱਗੀਆਂ ਕੁੱਲ ਹਾਸ਼ਾ ਲਿਲਾਹ ਮਾਹਦਾ ਬਸ਼ਰ ਅੱਲਾ ਦੀ ਕਸਮ ਇਹ ਬਸ਼ਰ ਹੈ ਹੀ ਸਮਝ ਆਈ ਨਹੀਂ ਕੋਈ ਨਹੀਂ ਆਈ ਕੀ ਆਇਆ